ਜਾ ਬੈ ਸੋਹਣਾ, ਇਹ ਦੇਹ ਵਰਗਾ ਕੁਝ ਹੋਰ ਨਹੀਂ ਹੋਣਾ। ਜਿੱਥੇ ਗੁਰੂਆਂ ਪੀਰਾਂ ਭਾਗ ਨੇ ਲਾਏ, ਸਭ ਨੇ ਇਹਦੇ ਸੋਲੇ ਗਾਏ, ਜਿੱਥੇ ਧੁਨ ਰਬਾਬ ਦੀ ਵੱਜੀ। ਰੱਬ ਤੋਂ ਮੁਨਕਿਰ ਹੋਇਓ ਬੰਦਿਆ, ਦੇਣਾ ਪੈਣਾ ਕੁੱਲ ਹਿਸਾਬ, ਕੀ ਕਹਿੰਦੀ ਉਹਦੀ ਰੱਬੀ ਰਬਾਬ, ਕੀ ਕਹਿੰਦੀ ਨਾਨਕ ਦੀ ਰਬਾਬ। ਸਿੰਘਾਂ ਦੀ ਕਿਰਪਾਨ ਵੀ ਗੱਜੀ, ਜਿੱਥੇ ਮਹਿਕ ਹਵਾਵਾਂ ਛੱਡਣ, ਕਿਸਾਨ ਮਿੱਟੀ ਚੋਂ ਸੋਨਾ ਕੱਢਣ। ਵੱਖਰੇ ਢੰਗ ਪੰਜਾਬੀ ਬੋਲੀ, ਇਹਦਾ ਵੱਖਰਾ ਹੀ ਲਿਬਾਸ ਹੈ, ਕੁੱਲ ਦੁਨੀਆ ਵਿੱਚ ਕਿਤੇ ਨਹੀਂ ਮਿਲਣਾ। ਇਹਦਾ ਵੱਖਰਾ ਹੀ ਇਤਿਹਾਸ ਹੈ, ਕੁੱਲ ਦੁਨੀਆ ਵਿੱਚ ਕਿਤੇ ਨਹੀਂ ਮਿਲਣਾ। ਇਹਦਾ ਵੱਖਰਾ ਹੀ ਇਤਿਹਾਸ ਹੈ, ਇਹਦਾ ਵੱਖਰਾ ਹੀ ਇਤਿਹਾਸ ਹੈ। ਦੇਹ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰ ਮਨ ਤੇ ਕਬੂ ਨਾ ਡਰੋ, ਨਾ ਡਰੋ ਸੋ ਜਬ ਜਾਏ ਨਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਸਫਰੇ ਇਤਿਹਾਸ ਦੀ ਉਸ ਹੀ ਕੜੀ ਨੂੰ ਜੋੜਦੇ ਹੋਏ ਹੁਣ ਅਸੀਂ ਕਰਤਾਰਪੁਰ ਤੋਂ ਬਾਅਦ ਪਾਤਸ਼ਾਹੀ ਛੇਵੀਂ ਪੜਾਈ ਸਾਹਿਬ ਵਿਖੇ ਮੌਜੂਦ ਹਾਂ, ਜਿਹੜਾ ਫਗਵਾੜੇ ਤੋਂ ਕੁਝ ਮੀਲ ਦੀ ਦੂਰੀ ਉੱਤੇ ਹੀ ਸਥਿਤ ਹੈ। ਇਸ ਨੂੰ ਪਿੰਡ ਪੜਾਈ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸਿੰਘ ਸਾਹਿਬ ਜੀ ਗੱਜ ਕੇ ਬੁਲਾਈ ਹੋਏ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ ਸਾਨੂੰ ਪਹਿਲਾਂ ਤਾਂ ਗੁਰਦੁਆਰਾ ਪੜਾਈ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਓ। ਹਾਂਜੀ, ਗੁਰਦੁਆਰਾ ਇਤਿਹਾਸ ਜੋ ਹੈ, ਗੁਰੂ ਸਾਹਿਬ 1634 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮੇਤ ਆਪਣੇ ਸਮੂਹ ਪਰਿਵਾਰ ਦੇ ਨਾਲ ਕਰਤਾਰਪੁਰ ਦੀ ਜੰਗ ਨੂੰ ਫਤਿਹ ਕਰਕੇ ਇਹ ਯਾਤਰਾ ਜਿਸ ਵੇਲੇ ਕੀਰਤਪੁਰ ਸਾਹਿਬ ਨੂੰ ਚੱਲੇ ਆ, ਉਸ ਰਾਸਤੇ ਵਿੱਚ ਪੜਾਅ ਸਾਹਿਬਾਂ ਨੇ ਇੱਥੇ ਇਸ ਨਗਰ ਵਿੱਚ ਕੀਤਾ। ਔਰ ਇਹ ਨਗਰ ਉਸ ਵੇਲੇ ਆਪਣੇ ਨਾਮ ਸੁੰਦਰਪੁਰਾ ਨਾਲ ਜਾਣਿਆ ਜਾਂਦਾ ਸੀ। ਅੱਜ ਪਲਾਹੀ ਸਾਹਿਬ ਹੈ, ਇਹ ਬਾਅਦ ਦੀ ਗੱਲ ਹੈ ਕਿ ਕਿਵੇਂ ਪਲਾਹੀ ਸਾਹਿਬ ਨਾਮ ਬਦਲਿਆ ਗਿਆ। ਪਰ ਉਸ ਵੇਲੇ ਦੇ ਲੋਕਾਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਨਾਲ ਪੂਰਾ ਸਹਿਯੋਗ ਦਿੱਤਾ, ਆਇਆਂ ਨੂੰ ਜੀ ਆਇਆਂ ਕਿਹਾ, ਬੜੇ ਆਦਰ ਸਤਿਕਾਰ ਨਾਲ ਇੱਥੇ ਉਹਨਾਂ ਨੂੰ ਆਪਣੇ ਪਾਸ ਰੱਖਿਆ। ਮਗਰ ਜੋ ਕਰਤਾਰਪੁਰ ਦੀ ਜੰਗ ਸੀ, ਉਹਦੀ ਬਦਲੇ ਦੀ ਭਾਵਨਾ ਵਿੱਚ ਨਵਾਬ ਅਬਦੁੱਲਾ, ਜਿਹੜਾ ਕਿ ਜਲੰਧਰ ਦਾ ਨਵਾਬ ਸੀ ਉਸ ਵੇਲੇ, ਔਰ ਨਾਲ ਮੁਗਲੀਆ ਸਲਤਨਤ ਬੇਸ਼ੁਮਾਰ ਜਿਹੜੀ ਕਰਤਾਰਪੁਰ ਦੀ ਯੁੱਧ ਵਿੱਚ ਲੜਦਿਆਂ ਮਾਰੇ ਗਏ ਸਨ, ਉਹ ਆਪਣੀ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਬੱਚੇ ਕੁਤਬ ਖਾਂ, ਕਾਲੇ ਖਾਂ, ਐਸੇ ਨਾਮ ਆਉਂਦੇ ਨੇ, ਉਹ ਸਤਿਗੁਰਾਂ ਤੋਂ ਬਦਲਾ ਲੈਣ ਲਈ ਉਸ ਯੁੱਧ ਦਾ ਉੱਦਾਂ ਹੀ ਨਿਰੰਤਰ ਮਗਰ ਦੀ ਮਗਰ ਪਤਾ ਕਰਦੇ ਚੱਲੇ ਆਏ। ਔਰ ਗੁਰੂ ਸਾਹਿਬ ਇੱਥੇ 1634 ਈਸਵੀ ਵਿੱਚ ਜੇਠ ਮਹੀਨੇ ਦੀ ਸੰਗਰਾਂਦ ਗੁਰੂ ਸਾਹਿਬ ਜੀ ਨੇ ਆ ਕੇ ਇਸ ਸਥਾਨ 'ਤੇ ਮਨਾਈ ਹੈ, ਯਾਨੀ ਗਰਮੀ ਦੀ ਰੁੱਤ ਸੀ, ਅਤੇ ਦੁਸ਼ਮਣ ਮਗਰ ਹੈ ਬਦਲੇ ਦੀ ਭਾਵਨਾ ਨਾਲ ਇਹ ਚੜ੍ਹ ਕੇ ਜਲੰਧਰੋਂ ਇਹ ਲਹਿੰਦੇ ਪਾਸੇ ਹੀ ਆਇਆ, ਅਤੇ ਇੱਕ ਭਾਈ ਗੁਰਦਿੱਤਾ ਜੀ ਨਾਮੀ ਸਿੱਖ ਜਿਹੜਾ ਜਲੰਧਰ ਦਾ ਵਾਸੀ ਸੀ, ਉਸ ਨੇ ਦੇਖਿਆ, ਆਪਣੀ ਨੌਕਰੀ 'ਤੇ ਜਾ ਰਿਹਾ ਸੀ, ਅਤੇ ਅੱਜ ਬੜੀ ਇੱਥੇ ਦੀ ਫੌਜ ਤਿਆਰੀਆਂ ਕਰ ਰਹੀ ਹੈ, ਢੋਲ ਢਮੱਕੇ ਵੱਜ ਰਹੇ ਆ। ਉਸ ਨੇ ਪੁੱਛਿਆ ਕਿ ਅੱਜ ਕਿੱਥੇ ਦੀ ਤਿਆਰੀ ਹੈ, ਫੌਜਾਂ ਕਰ ਰਹੀਆਂ? ਕਹਿੰਦੇ ਹਰਗੋਬਿੰਦ ਗੁਰੂ ਜੋ ਹੈ, ਉਹਦਾ ਪਤਾ ਲੱਗਾ ਕਿ ਉਹ ਟੱਕ ਫਗਵਾੜੇ ਦੇ ਇਲਾਕੇ ਵਿੱਚ ਹੈ, ਇਸ ਇਲਾਕੇ ਨੂੰ
ਢੱਕ ਕਿਹਾ ਜਾਂਦਾ ਸੀ, ਢੱਕੀ ਸੀ ਇੱਥੇ ਆਮ ਕਰਕੇ ਚਿੱਛਰੇ ਵਗੈਰਾ। ਅਤੇ ਉਸ ਨੇ ਜਦ ਇਹ ਗੱਲ ਸੁਣੀ, ਉਸ ਨੇ ਗੁਰੂ ਕਾ ਸਿੱਖ ਸੀ, ਉਹਨੇ ਆ ਕੇ ਪਤਾ ਦਿੱਤਾ ਮਹਾਰਾਜ ਨੂੰ ਭੱਜ ਨੱਸ ਕੇ ਕਿ ਦੁਸ਼ਮਣ ਆ ਰਿਹਾ ਜੀ, ਤੁਸੀਂ ਆਪਣਾ ਕੋਈ ਵਿਚਾਰ ਆਪਣਾ ਬੰਦੋਬਸਤ ਕਰੋ। ਸਤਿਗੁਰਾਂ ਨੇ ਕਿਹਾ ਕੋਈ ਨਹੀਂ ਭਾਈ ਜੀ, ਭਾਈ ਸਾਹਿਬ ਦੀ ਸੇਵਾ ਕਰੋ। ਗੁਰੂ ਸਾਹਿਬ ਜੀ ਨੇ ਆਪਣੇ ਨਾਲ ਜਿਹੜੇ ਸਿੱਖ ਸੀ ਕਿਹਾ, ਤਕਰੀਬਨ ਸਿੱਖ ਵੀ 1200 ਲਿਖਿਆ ਇਤਿਹਾਸ ਵਾਲਿਆਂ ਨੇ, ਅਤੇ ਉਹਨਾਂ ਦੇ ਨਾਲ ਉਸ ਵੇਲੇ 1200 ਸਿੱਖ ਨਾਲ ਪਿੱਛੋਂ ਆਏ, ਬਾਕੀ ਇਲਾਕੇ ਅਤੇ ਨਗਰ ਦੇ। ਤੋ ਸਾਨੂੰ ਪਹਿਲਾਂ ਇਹ ਦੱਸੋ, ਜਿਹੜੇ 1200 ਸਿੱਖ ਸੀ ਉਹ ਮਹਾਰਾਜ ਦੇ ਨਾਲ ਕਰਤਾਰਪੁਰ ਦੀ ਜੰਗ ਦੇ ਦੌਰਾਨ ਆਏ ਆ? ਉਹ ਦੌਰਾਨ ਰਹੇ ਆ ਔਰ ਬਾਅਦ ਨਾਲ ਹੀ ਆਏ ਆ। ਅਤੇ ਇੱਥੇ ਜੰਗ ਵੀ ਹੋਈ ਆ ਕਿ ਸਾਨੂੰ ਇਹ ਜਾਣੂ ਕਰਾਓ ਮਹਾਰਾਜ ਨੇ ਸਿਰਫ ਇੱਥੇ ਪੜਾ ਲਾਇਆ ਅਤੇ ਆਰਾਮ ਕੀਤਾ? ਨਹੀਂ, ਇੱਥੇ ਯੁੱਧ ਹੋਇਆ ਜੀ। ਇਸ ਯੁੱਧ ਨੂੰ ਤੁਸੀਂ ਜੇ ਕਰਤਾਰਪੁਰ ਦੇ ਯੁੱਧ ਨਾਲ ਹੀ ਅਟੈਚ ਕਰ ਲਓ ਤਾਂ ਤਦ ਵੀ ਠੀਕ ਆ, ਜੇ ਵੱਖਰਾ ਕਰ ਲਓ ਤਦ ਵੀ ਠੀਕ ਆ, ਕਿਉਂਕਿ ਉਹ ਜਿਸ ਵੇਲੇ ਇੱਧਰੋਂ ਲਹਿੰਦੇ ਵੱਲੋਂ ਹੀ ਆਏ ਆ, ਅਤੇ ਸਤਿਗੁਰਾਂ ਨੂੰ ਜਦ ਇਸ ਗੱਲ ਦੀ ਇਨਫੋਰਮੇਸ਼ਨ ਹੋ ਗਈ ਅਤੇ ਗੁਰੂ ਸਾਹਿਬ ਜੀ ਨੇ ਵੀ ਤਿਆਰੀ ਕੀਤੀ ਔਰ ਉਸ ਨੂੰ ਇੱਕ ਕੋਹ ਦੇ ਉੱਤੇ ਉਹ ਜਗ੍ਹਾ ਆ, ਵੈਸੇ ਉੱਥੇ ਕੋਈ ਅਜੇ ਬਹੁਤਾ ਨਿਸ਼ਾਨ ਨਹੀਂ ਬਣਾ ਸਕੇ, ਲੇਕਿਨ ਉੱਥੇ ਉਸ ਜਗ੍ਹਾ ਨੂੰ ਯਾਦ ਕਰਦੇ ਹਾਂ, ਮੰਨਦੇ ਹਾਂ। ਉਸ ਜਗ੍ਹਾ 'ਤੇ ਪਿੰਡ ਤੋਂ ਲਹਿੰਦੇ ਪਾਸੇ ਕੋਕ 'ਤੇ ਇਹ ਇੱਥੇ ਬੜਾ ਮਹਾਨ ਯੁੱਧ ਹੋਇਆ। ਉਸ ਯੁੱਧ ਦੇ ਅੰਦਰ ਜਿੱਥੇ ਹੋਰ ਬਹੁਤ ਸਾਰੇ ਸੂਰਮਿਆਂ ਨੇ ਹਿੱਸਾ ਲਿਆ ਔਰ ਸ਼ਹੀਦੀਆਂ ਵੀ ਪ੍ਰਾਪਤ ਹੋਈਆਂ ਔਰ ਜਿੱਤ ਵੀ ਗੁਰੂ ਸਾਹਿਬ ਜੀ ਦੀ ਇੱਥੇ ਹੋਈ ਹੈ, ਉੱਥੇ ਇੱਕ ਖਾਸ ਗੱਲ ਕਰਨ ਵਾਲੀ ਇਹ ਹੈ ਕਿ ਉਸ ਯੁੱਧ ਵਿੱਚ ਗੁਰੂ ਸਾਹਿਬ ਜੀ ਦੇ ਜਿਹੜੇ ਛੋਟੇ ਫਰਜੰਦ ਸੀ, ਸਪੁੱਤਰ ਸੀ, ਤਿਆਗਮਲ ਜੀ ਉਹਨਾਂ ਦਾ ਨਾਮ ਸੀ, ਉਹਨਾਂ ਨੇ ਉਸ ਵੇਲੇ ਆਰਜਾ 13 ਸਾਲ ਦੀ ਲਿਖੀ ਇਤਿਹਾਸਕਾਰਾਂ ਨੇ, ਪ੍ਰੋਫੈਸਰ ਸਤਵੀਰ ਸਿੰਘ ਦੇ ਜੋ ਲਿਖੇ ਹੋਏ ਇਤਿਹਾਸ ਹੈ, ਔਰ ਇਹ ਤੋਂ ਬਾਅਦ ਮੋਹਸਨ ਫਾਨੀ ਦੇ ਉਸ ਵੇਲੇ ਦਾ ਮੁਸਲਮਾਨ ਰਾਈਟਰ ਜਿਹੜਾ ਖੁਦ ਨਾਲ ਦੀਦਾ ਦਨਿਸ਼ਤਾ ਲਿਖਦਾ ਇਤਿਹਾਸ, ਉਹਦੇ ਉਲੱਥੇ ਵਿੱਚੋਂ ਭਾਈ ਸਾਹਿਬ ਪ੍ਰੋਫੈਸਰ ਸਤਵੀਰ ਸਿੰਘ ਜੀ ਨੇ ਉਲੱਥਾ ਕੀਤਾ। ਉਹ ਕਹਿੰਦੇ ਵੀ 13 ਸਾਲ ਦੀ ਉਮਰ ਸੀ ਤਿਆਗਮਲ ਦੀ ਔਰ ਇਸ ਯੁੱਧ ਵਿੱਚ ਉਹਨੇ ਹਿੱਸਾ ਐਸਾ ਲਿਆ ਵੀ ਜਦ ਯੁੱਧ ਫਤਿਹ ਹੋ ਗਿਆ ਅਤੇ ਨਾਲ ਦੇ ਗੁਰਸਿੱਖ ਸੂਰਮਿਆਂ ਨੇ ਦੱਸਿਆ ਵੀ ਮਹਾਰਾਜ ਅੱਜ ਤਿਆਗਮਲ ਨੇ ਕਮਾਲ ਕਰ ਦਿੱਤੀ ਆ, ਐਸੀ ਵਧੀਆ ਤੇਗ ਚਲਾਈ ਆ ਵੀ ਦੁਸ਼ਮਣਾਂ ਦੀਆਂ ਭਾਜੜਾਂ ਪਵਾਤੀਆਂ। ਅਤੇ ਗੁਰੂ ਸਾਹਿਬ ਨੇ ਉਸ ਵੇਲੇ ਹੀ ਕਹਿੰਦੇ ਅੱਛਾ ਵੀ ਅੱਜ ਤੋਂ ਇਹ ਤਿਆਗਮਲ ਨਹੀਂ, ਇਹ ਤੇਗ ਬਹਾਦਰ ਇਹਨਾਂ ਦਾ ਨਾਮ ਹੋਇਆ। ਇਸੇ ਸਥਾਨ 'ਤੇ ਤਿਆਗਮਲ ਤੋਂ ਤੇਗ ਬਹਾਦਰ ਨਵੇਂ ਪਾਤਸ਼ਾਹ ਦਾ ਨਾਮ ਬਣਿਆ। ਸਿੰਘ ਸਾਹਿਬ ਸਾਨੂੰ ਇਹ ਵੀ ਦੱਸੋ, ਜਿਹੜੇ ਇੱਥੇ ਲੜਾਈ ਹੋਈ ਆ ਉਹ ਇਸ ਗੁਰਦੁਆਰਾ ਸਾਹਿਬ ਵਿਖੇ ਜੰਗ ਹੋਈ ਆ, ਅਤੇ ਇੱਥੇ ਕਿੰਨੇ ਸਿੰਘ ਸ਼ਹੀਦ ਹੋਣ ਦਾ ਅਨੁਮਾਨ ਹੈ? ਉਹ ਜੰਗ ਹੋਈ ਵੈਸੇ ਇੱਥੋਂ ਕਿਲੋ ਕੋ ਵਾਗਰੂ ਕੋਕ ਦੇ ਹਿਸਾਬ 'ਤੇ ਆ, ਅਤੇ ਉਸ ਵੇਲੇ ਇਤਿਹਾਸ ਵਿੱਚ ਲਿਖਿਆ ਵੀ 85 ਜਥੇਦਾਰ ਭਾਵ ਜਿਹੜੇ ਸੂਰਮੇ ਸਿਰ 85 ਦੇ ਸਿਰ ਲੱਗੇ, 85 ਸ਼ਹੀਦੀਆਂ ਹੋਈਆਂ ਔਰ ਉਹਨਾਂ ਦੇ ਜਿਹੜੇ ਸੰਸਕਾਰ ਹੈ ਉਹ ਇਸ ਸਥਾਨ 'ਤੇ ਜਿੱਥੇ ਆਪਾਂ ਹੁਣ ਖੜ੍ਹੇ ਹਾਂ ਗੁਰਦੁਆਰਾ ਸਾਹਿਬ ਹੈ, ਇੱਥੇ ਸੰਸਕਾਰ ਕੀਤੇ ਗਏ। ਇੱਥੇ ਥੋੜ੍ਹੇ ਫਾਸਲੇ 'ਤੇ 200 ਕਰਮ ਪਿਛਾਂ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਕੀਤੇ ਹੋਇਆ, ਇਹ ਉਹਨਾਂ ਦਾ ਆਪਣਾ ਆਉਣ ਦਾ ਬੈਠਣ ਦਾ ਸਥਾਨ ਹੈ। ਆ ਉਰਲਾ ਖੂੰਜਾ ਇੱਥੇ ਜ਼ਿਆਦਾ ਗੁਰਦੁਆਰਾ ਸਾਹਿਬ ਬਣਾਇਆ 1935 'ਚ ਸ਼ੁਰੂ ਹੋਇਆ ਹੈ, ਤਾਂ ਉਦੋਂ ਇੱਥੋਂ ਬਹੁਤ ਸਾਰੇ ਅਸਥੀਆਂ ਮਿਲੀਆਂ, ਘੋੜਿਆਂ ਦੀਆਂ ਵੀ ਮਿਲੀਆਂ ਔਰ ਉਹਨਾਂ ਸੂਰਮਿਆਂ ਦੀਆਂ ਵੀ। ਅਤੇ ਇਸ ਕਰਕੇ ਇਹਦਾ ਨਾਂ ਭਾਈ ਕਾਨ ਸਿੰਘ ਆਪਣੇ ਕੋਸ਼ ਵਿੱਚ ਇਉਂ ਲਿਖਦਾ ਆ, ਮਹਾਨ ਕੋਸ਼, ਉਹਦੇ ਵਿੱਚ ਲਿਖਦਾ ਇਸ ਗੁਰਦੁਆਰੇ ਦਾ ਨਾਂ ਸ਼ਹੀਦ ਗੰਜ ਰੱਖਣਾ ਚਾਹੀਦਾ ਸੀ। ਚਲੋ ਉਸ ਵੇਲੇ ਦੇ ਜੋ ਹਾਲਾਤ ਸੀ ਜਾਂ ਜੋ ਪ੍ਰਬੰਧਕ ਸੀ ਉਹਨਾਂ ਨੇ ਇਵੇਂ ਪਾਤਸ਼ਾਹੀ ਦੇ ਨਾਂ 'ਤੇ ਰੱਖ ਦਿੱਤਾ। ਭਾਈ ਸਾਹਿਬ ਸਾਨੂੰ ਇਹ ਵੀ ਦੱਸੋ, ਮਹਾਰਾਜ ਨੇ ਇੱਥੇ ਕਿੰਨਾ ਸਮਾਂ ਬਿਤਾਇਆ? ਮਹਾਰਾਜ ਨੇ ਬਹੁਤਾ ਲੰਬਾ ਸਮਾਂ ਨਹੀਂ ਇੱਥੇ ਬਿਤਾਇਆ, ਕਿਉਂਕਿ ਯੁੱਧ ਦਾ ਹੀ ਸਮਾਂ ਸੀ, ਪਿੱਛੋਂ ਵੀ ਯੁੱਧ 'ਚੋਂ ਆਏ ਸੀ, ਅੱਗੇ ਪ੍ਰੋਗਰਾਮ ਕੀਰਤਪੁਰ ਜਾਣ ਦਾ ਆ, ਇੱਦਾਂ ਪੜਾਅ ਬਾਈ ਪੜਾਈ ਉਹਨਾਂ ਦੇ ਸਥਾਨ ਮਿਲਦੇ ਆ। ਇੱਥੇ ਵੱਧ ਤੋਂ ਵੱਧ ਮਸੀ ਅੰਦਾਜ਼ਾ ਨਹੀਂ ਲਿਖਦੇ ਇਤਿਹਾਸਕਾਰ ਵੀ 10-12 ਦਿਨ ਰਹੇ ਜੀ, ਤੋਂ ਅਟਣੇ ਵਾਲੀ ਗੱਲ ਨਹੀਂ ਸੀ ਜਾਂ ਯੁੱਧ ਹੋ ਰਿਹਾ ਸੀ। ਤੁਸੀਂ ਸਾਨੂੰ ਇਹ ਜਾਣੂ ਕਰਵਾ ਸਕਦੇ ਆ ਕਿ ਇਹ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਗਏ? ਹਾਂ, ਇਹ ਤੋਂ ਬਾਅਦ ਗੁਰੂ ਸਾਹਿਬ ਫਗਵਾੜੇ ਗਏ ਜੀ, ਉੱਥੇ ਗੁਰਦੁਆਰਾ ਚੌੜਾ ਖੂਹ ਆ, ਸਰਾਫਾਂ ਦੇ ਬਾਜ਼ਾਰ ਵਿੱਚ ਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ
ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫਰੇ ਇਤਿਹਾਸ ਦੀ ਉਸ ਹੀ ਕੜੀ ਨੂੰ ਜੋੜਦੇ ਹੋਏ ਅਸੀਂ ਗੁਰਦੁਆਰਾ ਪੜਾਈ ਸਾਹਿਬ ਤੋਂ ਤੀਸਰਾ ਪੜਾ ਚੋੜਾ ਖੂਹ ਪਾਤਸ਼ਾਹ ਛੇਵੀਂ ਵਿਖੇ ਮੌਜੂਦ ਹਾਂ, ਜੋ ਸ਼ਹਿਰ ਫਗਵਾੜਾ ਵਿਖੇ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਸੀਂ ਸਾਨੂੰ ਗੁਰਦੁਆਰਾ ਪਾਤਸ਼ਾਹ ਛੇਵੀਂ ਚੋੜੇ ਖੂਹ ਦਾ ਇਤਿਹਾਸ ਬਾਰੇ ਜਾਣੂ ਕਰਵਾਓਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਸਥਾਨ ਫਗਵਾੜਾ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇੱਥੇ ਇਹ ਜੰਗ ਦੇ ਸਮੇਂ ਅੱਜ ਤੋਂ ਕਈ ਮਤਲਬ ਸਮੇਂ ਪਹਿਲਾਂ ਮਤਲਬ ਇੱਥੇ ਆਏ ਸਨ, ਜੰਗ ਦੇ ਸਮੇਂ ਆਏ ਸਨ। ਇੱਥੇ ਇੱਕ ਬੰਦਾ ਸੀ ਫੱਗੂ ਨਾਮ ਦਾ, ਉਦੋਂ ਮਹਾਰਾਜ ਇੱਥੇ ਆਰਾਮ ਕਰਨ ਲਈ ਆਏ ਸਨ, ਪਰ ਉਹ ਮਤਲਬ ਉਹ ਬੰਦਾ ਡਰ ਗਿਆ ਸੀਗਾ। ਮਤਲਬ ਜਦੋਂ ਆਏ ਸੀ ਨਾ, ਮਤਲਬ ਉਹਨਾਂ ਨੇ ਦੋਸਤ ਸੀਗਾ ਫੱਗੂ ਉਹਨਾਂ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਪਰ ਮਤਲਬ ਉਹ ਡਰ ਗਿਆ ਸੀ ਜੰਗ ਸਮੇਂ, ਕਿਉਂਕਿ ਉਹ ਕਹਿੰਦਾ ਕਿ ਮੈਨੂੰ ਨਾ ਮਤਲਬ ਖਤਰਾ ਹੋਏ ਵੀ ਇੱਥੇ, ਅਤੇ ਫਿਰ ਮਤਲਬ ਉਹਨੇ ਨਾ ਮਨਾ ਕਰਤਾ ਸੀਗਾ। ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਤਲਬ ਕਿਹਾ ਸੀਗਾ ਕਿ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ। ਇਹ ਇਤਿਹਾਸਕ ਗੁਰਦੁਆਰਾ ਹੈ। ਭਾਈ ਸਾਹਿਬ, ਤੁਸੀਂ ਸਾਨੂੰ ਗੁਰਦੁਆਰਾ ਚੋੜਾ ਖੂਹ ਪਾਤਸ਼ਾਹ ਛੇਵੀਂ ਦਾ ਇਤਿਹਾਸ ਬਾਰੇ ਜਾਣੂ ਕਰਵਾਓਗੇ ਜੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਭਾਅ ਜੀ, ਮੈਂ ਇਸ ਗੁਰਦੁਆਰਾ ਸਾਹਿਬ 'ਤੇ ਬਚਪਨ ਤੋਂ ਹੀ ਆ ਰਿਹਾ, ਮੈਨੂੰ ਲੱਗਦਾ ਕੋਈ 35 ਕੁ ਸਾਲ ਹੋ ਗਏ ਹੋਏ ਜਦੋਂ ਤਾਂ ਮੈਂ ਇੱਥੇ ਮੱਥਾ ਟੇਕਣ ਆ ਰਿਹਾ ਗੁਰਦੁਆਰਾ ਸਾਹਿਬ 'ਤੇ। ਅਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ, ਇੱਥੇ ਆਪਣੇ ਛੇਵੇਂ ਪਾਤਸ਼ਾਹ ਜੀ, ਮੇਰੀ ਪੀੜ੍ਹੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮੁਗਲਾਂ ਦੀ ਫੌਜ ਦੇ ਨਾਲ ਲੜਾਈ ਕਰਨ ਤੋਂ ਬਾਅਦ ਜਦੋਂ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ। ਇੱਥੇ ਸਾਡਾ ਫਗਵਾੜਾ, ਜਿੱਦਾਂ ਫੱਗੂ ਦੇ ਵਾੜੇ ਦੇ ਨਾਮ ਤੋਂ ਜਾਣਿਆ ਜਾਂਦਾ, ਇੱਥੇ ਫੱਗੂ ਦਾ ਵਾੜਾ ਹੁੰਦਾ ਸੀ। ਉੱਥੇ ਆ ਕੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਸੀ, ਅਤੇ ਇਸ ਤੋਂ ਬਾਅਦ ਫਿਰ ਉਹ ਗੁਰਦੁਆਰਾ ਸੁਖਚੈਨ ਸਾਹਿਬ ਗਏ। ਉੱਥੇ ਜਾ ਕੇ ਜਿੱਦਾਂ ਉਹਨਾਂ ਨੇ ਆਰਾਮ ਕੀਤਾ, ਉਹ ਵੀ ਛੇਵੇਂ ਪਾਤਸ਼ਾਹੀ ਦਾ ਗੁਰਦੁਆਰਾ ਜੀ। ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਪੂਰਨ ਜਾਣਕਾਰੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਪਾਸੋਂ ਲਵਾਂਗੇ, ਜੋ ਇੱਥੇ ਬਤੌਰ ਹੈੱਡ ਗ੍ਰੰਥੀ ਸਾਹਿਬ ਦੀ ਸੇਵਾ ਨਿਭਾ ਰਹੇ ਆ। ਭਾਈ ਸਾਹਿਬ, ਪਹਿਲਾਂ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਸਾਨੂੰ ਦੱਸੋ ਇੱਥੇ ਗੁਰਦੁਆਰਾ ਸਾਹਿਬ ਦਾ ਪੂਰਨ ਇਤਿਹਾਸ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜੁਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਇਹ ਸਥਾਨ ਤਨ ਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੌਥੀ ਜੰਗ 1634 ਦੇ ਵਿੱਚ, ਜੋ ਕਰਤਾਰਪੁਰ ਸਾਹਿਬ ਵਾਲੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ, ਉਹ ਲੜਦਿਆਂ ਲੜਦਿਆਂ ਪਿੰਡ ਪਲਾਹੀ ਪੁੱਜੇ। ਔਰ ਇੱਥੇ ਫੱਗੂ ਨਾਂ ਦਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸੇਵਕ ਰਿਹਾ ਕਰਦਾ ਸੀ, ਜਿਹੜਾ ਪਾਤਸ਼ਾਹ ਨੂੰ ਬੜਾ ਯਾਦ ਕਰਦਾ ਸੀ। ਇਸ ਤੋਂ ਪਿੱਛੇ ਚਲੇ ਜਾਈਏ, ਕਰਤਾਰਪੁਰ ਸਾਹਿਬ ਦੀ ਜੰਗ ਜਦੋਂ ਹੋਈ, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਪੈਂਦੇ ਖਾਂ ਨੂੰ, ਜਿਹਨੂੰ ਪੁੱਤਾਂ ਵਾਂਗ ਪਾਲਿਆ ਹੋਇਆ ਸੀ, ਉਹ ਆਪਣੇ ਜਵਾਈ ਉਸਮਾਨ ਖਾਨ ਦੇ ਨਾਲ ਰਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਚੜ੍ਹਾਈ ਕਰਕੇ ਆਉਂਦਾ ਹੈ। ਔਰ ਕਰਤਾਰਪੁਰ ਸਾਹਿਬ ਵਿਖੇ ਇਤਨਾ ਘਮਸਾਨ ਦਾ ਯੁੱਧ ਹੁੰਦਾ ਹੈ, ਜਿਸ ਯੁੱਧ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਛੋਟੇ ਸਪੁੱਤਰ ਬਾਬਾ ਤਿਆਗਮੱਲ ਜੀ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਂਦਾ ਹੈ, ਔਰ ਉਹਨਾਂ ਨੇ ਵੀ ਤੇਗ ਦੇ ਜੌਹਰ ਉੱਥੇ ਵਿਖਾਏ। ਔਰ ਉੱਥੋਂ ਦੇ ਉਹਨਾਂ ਮਾਤਾਵਾਂ ਨੇ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛੋਟੇ ਸਪੁੱਤਰ ਬਾਬਾ ਤਿਆਗਮੱਲ ਜੀ ਉਹਨਾਂ ਦੇ ਤੇਗ ਦੇ ਜੌਹਰ ਵੇਖਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਬਚਨ ਕੀਤੇ ਸਨ ਕਿ ਤੂੰ ਤਿਆਗਮੱਲ ਨਹੀਂ, ਅੱਜ ਤੂੰ ਤੇਗ ਬਹਾਦਰ ਹੈ, ਪਾਤਸ਼ਾਹ ਦਾ ਛੋਟਾ ਸਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਜਾਣੇ ਜਾਂਦੇ ਨੇ। ਔਰ ਉੱਥੇ ਹੀ ਪੈਂਦੇ ਖਾਂ, ਜੋ ਕਿ ਸਤਿਗੁਰੂ ਜੀ ਨੇ ਬੜੇ ਵਧੀਆ ਤਰੀਕੇ ਨਾਲ ਪੁੱਤਾਂ ਵਾਂਗ ਪਾਲਿਆ ਹੋਇਆ ਸੀ, ਉਹ ਚੜ੍ਹਾਈ ਕਰਕੇ ਆਉਂਦਾ ਹੈ। ਅਖੀਰੀ ਸਮੇਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ 'ਤੇ ਵਾਰ ਕਰਦਾ ਹੈ, ਔਰ ਵਾਰ ਕਰਦਿਆਂ ਕਰਦਿਆਂ ਉਹਨੂੰ ਆਪਣੇ ਵਿੱਚ ਇੰਨਾ ਮਾਣ ਸੀ ਬਲ ਦਾ, ਔਰ ਜੋ ਵਾਰ ਪਹਿਲਾਂ ਕੀਤੀ ਉਹ ਖਾਲੀ ਚਲੇ ਗਏ। ਅਖੀਰ 'ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਜਿਸ ਘੋੜੇ 'ਤੇ ਬਿਰਾਜਮਾਨ ਸਨ ਪਾਤਸ਼ਾਹ, ਉਹਨੂੰ ਥੱਲਿਓਂ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਪਾਤਸ਼ਾਹ ਉੱਤੋਂ ਢਾਲ ਦੇ ਨਾਲ ਇੱਕ ਢਾਲ ਮਾਰ ਕੇ ਵਾਰ ਕਰਦੇ ਆ। ਉੱਥੇ ਪੈਂਦੇ ਖਾਨ ਢਾਲ ਹੁੰਦਾ ਹੈ, ਸਤਿਗੁਰੂ ਘੋੜੇ ਤੋਂ ਉਤਰ ਕੇ ਪੈਂਦੇ ਖਾਨ ਨੂੰ ਆਪਣੀ ਗੋਦੀ ਵਿੱਚ ਲੈ ਕਰਕੇ ਢਾਲ ਦੀ ਛਾਂ ਕਰਕੇ ਉੱਥੇ ਜਦੋਂ ਪੈਂਦੇ ਖਾਂ ਹਾਏ ਮਾਂ ਕਹਿੰਦਾ ਹੈ, ਪਾਤਸ਼ਾਹ ਕਹਿੰਦੇ ਹੁਣ ਹਾਏ ਮਾਂ ਕਹਿਣ ਦਾ ਸਮਾਂ ਨਹੀਂ, ਕਲਮਾ ਪੜ ਤੇਰਾ ਉਧਾਰ ਹੋ ਜਾਏਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਥੇ ਪੈਂਦੇ ਖਾਂ ਦਾ ਉਧਾਰ ਕਰਦੇ ਆ। ਉੱਥੋਂ ਯੁੱਧ ਲੜਦਿਆਂ ਲੜਦਿਆਂ ਇੱਥੇ ਕੋਲ ਹੀ ਪਿੰਡ ਪਲਾਹੀ ਹੈ, ਉੱਥੇ ਪੁੱਜਦੇ ਹੈ। ਉੱਥੇ ਵੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਨਾਲ ਮੁਗਲਾਂ ਦਾ ਯੁੱਧ ਹੁੰਦਾ ਹੈ।
ਹੁਣ ਇੱਥੇ ਜਿਹੜਾ ਫੱਗੂ ਨਾਂ ਦਾ ਸੇਵਕ ਯਾਦ ਕਰਿਆ ਕਰਦਾ ਸੀ, ਪਾਤਸ਼ਾਹ ਨੇ ਮਨ ਵਿੱਚ ਇਹ ਬਣਾਇਆ ਕਿ ਅੱਜ ਫੱਗੂ ਦੇ ਘਰ ਚੱਲਦੇ ਹਾਂ, ਉੱਥੇ ਜਾ ਕਰਕੇ ਫੌਜ ਦੇ ਨਾਲ ਵਿਸ਼ਰਾਮ ਕਰਦੇ ਹਾਂ। ਜਦੋਂ ਫੱਗੂ ਚੌਧਰੀ ਇੱਥੋਂ ਦਾ ਉਹਦਾ ਵਾੜਾ ਸੀ, ਉਹ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਲਾਹੀ ਪਿੰਡ ਤੋਂ ਚੱਲ ਕਰਕੇ ਇੱਥੇ ਪੁੱਜੇ ਹੈ, ਇੱਥੇ ਫੱਗੂ ਨੇ ਜਦੋਂ ਵੇਖਿਆ ਪਿੱਛੇ ਪਾਤਸ਼ਾਹ ਦੇ ਫੌਜਾਂ ਲੱਗੀਆਂ ਹੋਈਆਂ ਨੇ, ਔਰ ਉਹ ਡਰ ਗਿਆ, ਡਰਦਾ ਮਾਰ ਅੰਦਰ ਲੁੱਕ ਗਿਆ। ਪਾਤਸ਼ਾਹ ਦਾ ਆਓ ਭਗਤ ਨਾ ਕਰਦਿਆਂ ਹੋਇਆ ਉਹ ਅੰਦਰ ਹੀ ਰਿਹਾ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਬਾਹਰੋਂ ਵੇਖ ਕਰਕੇ ਕਿ ਫੱਗੂ ਤਾਂ ਲੁੱਕ ਗਿਆ, ਡਰ ਗਿਆ, ਪਰ ਅੰਦਰੋਂ ਕੜੱਤਣ ਭਰੇ ਬੋਲ, ਫੱਗੂ ਦੇ ਅੰਦਰ ਦੇ ਕੜੱਤਣ ਭਰੇ ਬੋਲ ਸਨ, ਵੀ ਬਾਹਰੋਂ ਮਿੱਠੇ ਸੀ। ਇਸ ਸੁਭਾਅ ਨੂੰ ਵੇਖ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਸੁਭਾਵਿਕ ਹੀ ਇਹ ਬਚਨ ਕਰ ਦਿੱਤੇ, ਫੱਗੂ ਤੇਰਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ, ਇਹ ਬਚਨ ਕੀਤੇ। ਔਰ ਫੌਜ ਸਮੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੋਂ ਕੁਝ ਡੇਢ ਕੁ ਮੀਲ ਦੀ ਦੂਰੀ 'ਤੇ ਗੁਰਦੁਆਰਾ ਸੁਖਚੈਨਣਾ ਸਾਹਿਬ ਨਾਮ ਦੇ ਨਾਲ ਜੋ ਸਥਾਨ ਜਾਣਿਆ ਜਾਂਦਾ, ਇੱਥੇ ਜੰਗਲ ਹੋਇਆ ਕਰਦਾ ਸੀ, ਇੱਥੇ ਪੁੱਜੇ ਹੈ। ਇੱਥੇ ਜਾ ਕਰਕੇ ਫੌਜਾਂ ਨੇ ਵਿਸ਼ਰਾਮ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਉਹ ਸਥਾਨ ਜਿਹੜਾ ਪਾਤਸ਼ਾਹ ਦਾ ਗੁਰਦੁਆਰਾ ਸੁਖਚੈਨਣਾ ਸਾਹਿਬ ਦੇ ਨਾਲ ਪ੍ਰਚਲਿਤ ਜਾਣਿਆ ਜਾਂਦਾ ਹੈ। ਔਰ ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਇਹ ਲੰਬੇਰਾ ਬਹੁਤਾ ਇਤਿਹਾਸ ਨਹੀਂ ਹੈ, ਕਿਉਂਕਿ ਸਤਿਗੁਰੂ ਜੀ ਇੱਥੇ ਕੁਝ ਹੀ ਦੇਰ, ਕੁਝ ਹੀ ਸਮਾਂ ਟੇਕ ਕਰਕੇ ਇੱਥੋਂ ਅੱਗੇ ਚਲੇ ਗਏ ਹੈ। ਇਹ ਫੱਗੂ ਦਾ ਵਾੜਾ ਇਸ ਕਰਕੇ ਪ੍ਰਚਲਿਤ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਸੇਵਕ ਜੋ ਇੱਥੇ ਵਾੜਾ ਬਣਾ ਕੇ ਰਹਿੰਦਾ ਸੀ, ਔਰ ਆਓ ਭਗਤਨਾ ਕਰਨ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚਨ ਕਰਕੇ ਇੱਥੋਂ ਅੱਗੇ ਚਲੇ ਗਏ ਹੈ। ਸਿੰਘ ਸਾਹਿਬ, ਅਸੀਂ ਇਹ ਵੀ ਮੰਨੀਏ ਕਿ ਫੱਗੂ ਤੋਂ ਵਾੜੇ ਤੋਂ ਹੀ ਇਸ ਸ਼ਹਿਰ ਦਾ ਨਾਂ ਫਗਵਾੜਾ ਪਿਆ। ਹਾਂਜੀ ਹਾਂਜੀ ਬਿਲਕੁਲ ਜੀ। ਸਿੰਘ ਸਾਹਿਬ, ਇਸ ਸ਼ਹਿਰ ਦਾ ਇੱਕ ਬਹੁਤ ਗੱਲ ਪ੍ਰਚਲਿਤ ਹੈ ਕਿ ਇੱਥੇ ਫੱਗੂ ਦਾ ਵਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਕਿਹਾ ਜਾਂਦਾ ਹੈ ਕਿ ਗੁਰੂ ਮਹਾਰਾਜ ਇੱਥੇ ਸ਼ਰਾਫ ਦੇ ਕੇ ਗਏ, ਕੀ ਤੁਸੀਂ ਇਸ ਗੱਲ ਨੂੰ ਸਹੀ ਮੰਨਦੇ ਹੋ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਜੀਵਨ 'ਚ ਅਸੀਂ ਪਿੱਛੇ ਪੜ੍ਹ ਰਹੇ ਹਾਂ, ਸੁਣ ਆਏ ਹਾਂ, ਗੱਲ ਕਰ ਰਹੇ ਹਾਂ ਕਿ ਪਾਤਸ਼ਾਹ ਨੇ ਜਿਹਨੂੰ ਪੁੱਤਾਂ ਵਾਂਗ ਪਾਲਿਆ ਸੀ ਪੈਂਦੇ ਖਾਂ ਨੂੰ, ਉਹ ਵੀ ਪਾਤਸ਼ਾਹ 'ਤੇ ਚੜ੍ਹਾਈ ਕਰਕੇ ਆਉਂਦਾ ਹੈ। ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੇ ਵੀ ਪ੍ਰਤੀ ਮੰਦਾ ਨਹੀਂ ਬੋਲਦੇ, ਉਹਨੂੰ ਵੀ ਢਾਲ ਦੀ ਛਾਂ ਕਰਕੇ ਉਹਨੂੰ ਇਹ ਕਹਿੰਦੇ ਆ, ਪੁੱਤਰਾ ਤੂੰ ਕਲਮਾ ਪੜ੍ਹ, ਤੇਰਾ ਉਧਾਰ ਹੋ ਜਾਏਗਾ। ਐਸਾ ਸਤਿਗੁਰੂ ਕੀ ਇੱਥੇ ਆਓ ਭਗਤ ਨਾ ਕਰਨ ਦੇ ਨਾਲ ਸ਼ਰਾਫ ਦੇ ਸਕਦੇ ਆ? ਨਹੀਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਰਾਫ ਨਹੀਂ ਦੇ ਕੇ ਗਏ, ਇੱਥੇ ਸੁਭਾਵਿਕ ਹੀ ਬਚਨ ਕੀਤੇ ਹੈ, ਅਤੇ ਸਤਿਗੁਰੂ ਜੀ ਦੇ ਬਚਨ ਜਿਹੜੇ ਹੈ ਉਹ ਸੱਚ ਹੈ ਕਿ ਫੱਗੂ ਦਾ ਸੁਭਾਅ ਵੇਖ ਕਰਕੇ ਅੰਦਰੋਂ ਕੁੜੱਤਣ ਭਰਿਆ ਬਾਹਰੋਂ ਮਿੱਠਾ, ਇਹਨੂੰ ਸੁਭਾਅ ਨੂੰ ਵੇਖ ਕੇ ਪਾਤਸ਼ਾਹ ਨੇ ਇੱਥੇ ਬਚਨ ਕੀਤੇ, ਫੱਗੂ ਤੇਰਾ ਵਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ, ਇੱਥੇ ਸੁਭਾਅ ਦੀ ਗੱਲ ਕੀਤੀ ਹੈ, ਨਾ ਕਿ ਪਾਤਸ਼ਾਹ ਇੱਥੇ ਸ਼ਰਾਫ ਦੇ ਕੇ ਗਏ ਹੈ। ਇਸ ਤੋਂ ਅਸੀਂ ਸੰਗਤ ਨੂੰ ਜਾਣੂ ਕਰਵਾਵਾਂਗੇ ਕਿ ਭਾਈ ਸਾਹਿਬ ਦੇ ਕਹਿਣ ਅਨੁਸਾਰ ਗੁਰੂ ਸਾਹਿਬ ਨੇ ਇੱਥੇ ਕੋਈ ਵੀ ਸ਼ਰਾਫ ਨਹੀਂ ਦਿੱਤਾ, ਸੋ ਸਹਿਜ ਸਪਾਈ ਗੁਰੂ ਸਾਹਿਬ ਨੇ ਇਹ ਬਚਨ ਕਹੀ ਸੀ, ਫੱਗੂ ਤੇਰਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ। ਭਾਈ ਸਾਹਿਬ, ਤੁਸੀਂ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ, ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਜੋ ਸਾਨੂੰ ਦੇ ਰਹੇ ਆ, ਜੋ ਅੱਗੇ ਵੀ ਦਿੱਤਾ, ਉਸ ਲਈ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੱਜ ਕੇ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੈਲੇ, ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ, ਕੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ।